see Dick du SSV entertainment Toda that channel ਲਓ ਜੀ ਦੋਸਤੋ ਅੱਜ ਫੇਰ ਆਪਾਂ ਲੁਧੇਣਾ ਜ਼ਿਲ੍ਹੇ ਦੇ ਪਿੰਡ ਬਸੀਆਂ ਚ ਆ ਗਿਆਂ ਤੁਹਾਡੇ ਲਈ ਪਿੰਡ ਦੀਆਂ ਜਾਣਕਾਰੀਆਂ ਲੈ ਕੇ ਜਾਨੀ ਆਪਣੇ ਵਾਅਦੇ ਦੇ ਮੁਤਾਬਕ ਬਸੀਆਂ ਪਿੰਡ ਦਾ ਭਾਗ ਚੌਥਾ ਲੈ ਕੇ ਅੱਜ ਆਪਾਂ ਤੁਹਾਡੇ ਕੁਝ ਕਮੈਂਟਾਂ ਚ ਕੀਤੇ ਹੋਏ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਤੇ ਅਖੀਰ ਚ ਤੁਹਾਡਾ ਸਾਰਿਆਂ ਦਾ ਹੀ ਨਾਮ ਦੱਸਾਂਗੇ ਜਿਨ੍ਹਾਂ ਨੇ ਸਾਨੂੰ ਬਸੀਆਂ ਪਿੰਡ ਦੀ ਡਾਕੂਮੈਂਟਰੀ ਤੇ ਕਮੈਂਟ ਕੀਤੇ ਆ ਚਲੋ ਫਿਰ ਬਿਨਾਂ ਕਿਸੇ ਦੇਰੀ ਤੋਂ ਹੁਣ ਆਪਾਂ ਸ਼ੁਰੂ ਕਰ ਦਿੰਦੇ ਆ ਬਸੀਆਂ ਪਿੰਡ ਦਾ ਭਾਗ ਚੌਥਾ ਸਭ ਤੋਂ ਪਹਿਲਾਂ ਸਾਨੂੰ ਇਫਤਖਾਰ ਲਾਲੀ ਗੱਲ ਜੀ ਦਾ ਆ ਕਮੈਂਟ ਆਇਆ ਇਹ ਕਹਿੰਦੇ ਪਾਥੀਆਂ ਦੇ ਮਸਲੇ ਤੇ ਵੀ ਪੁਲਿਸ ਬੁਲਾ ਲੈਂਦੇ ਆ ਸੁਣ ਕੇ ਬਹੁਤ ਅਫਸੋਸ ਹੋਇਆ ਨਾ ਯਾਰ ਲਾਲੀ ਗੱਲ ਵੀਰੇ ਉਹ ਤਾਂ ਇੱਕ ਉਦਾਹਰਣ ਦਿੱਤੀ ਸੀ ਕਿ ਲੋਕ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਵੀ ਥਾਣੇ ਕਚਰੀ ਚਲੇ ਜਾਂਦੇ ਆ ਪਰ ਪੁਰਾਣੇ ਸਮਿਆਂ ਚ ਵੱਡੇ ਵੱਡੇ ਮਸਲੇ ਵੀ ਪਿੰਡਾਂ ਚ ਪਿੰਡ ਦੀ ਪੰਚਾਇਤ ਹੱਲ ਕਰ ਦਿੰਦੀ ਹੁੰਦੀ ਸੀ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਸੀ ਬਾਕੀ ਤੁਸੀਂ ਸਾਨੂੰ ਕਮੈਂਟ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਫਿਰ ਸਾਨੂੰ ਗੁਰ ਅਮਨਦੀਪ ਕੁਰਪੇਣ ਜੀ ਨੇ ਆ ਕਮੈਂਟ ਕੀਤਾ ਇਹ ਕਹਿੰਦੇ ਮੇਰੇ ਪਾਪਾ ਜੀ ਦੇ ਨਾਨਕੇ ਨੇ ਇੱਥੇ ਤੇ ਦੂਜੇ ਕਮੈਂਟ ਚ ਇਹ ਕਹਿੰਦੇ ਗੁਰदयाल ਸਿੰਘ ਤਾਇਆ ਜੀ ਤੇ ਤਾਰਾ ਸਿੰਘ ਚਾਚਾ ਜੀ ਧੰਨਵਾਦ ਗਰਮਨਦੀਪ ਕੌਰ ਭੈਣ ਜੀ ਤੁਹਾਨੂੰ ਤੁਹਾਡੇ ਡੈਡੀ ਜੀ ਦੇ ਮਾਮੇ ਦੇ ਮੁੰਡਿਆਂ ਦੀ ਯਾਦ ਆਈ ਹੁਣ ਗੇੜਾ ਵੀ ਮਾਰ ਕੇ ਆ ਜਿਓ ਬੜੀ ਦੂਰ ਨਹੀਂ ਐ ਬਸੀਆਂ ਫਿੰਡ ਫਿਰ ਸਾਨੂੰ ਹਰਪ੍ਰੀਤ ਗੱਲ ਜੀ ਕਹਿੰਦੇ ਬਾਈ ਜੀ ਕੈਪਟਨ ਸਰਪੰਚ ਦਾ ਨਾਮ ਵੀ ਲੈ ਦਿਓ ਲਓ ਵੀਰ ਜੀ ਲੈਤਾ ਪਰ ਜੇ ਤੁਸੀਂ ਸਾਨੂੰ ਪੂਰਾ ਨਾਮ ਲਿਖ ਕੇ ਭੇਜ ਦਿੰਦੇ ਤਾਂ ਆਪਾਂ ਪੂਰਾ ਨਾਮ ਦਾ ਦੇਣਾ ਸੀ ਬਾਕੀ ਤੁਸੀਂ ਸਰਪੰਚ ਕੈਪਟਨ ਸਾਹਿਬ ਜੀ ਨੂੰ ਯਾਦ ਕੀਤਾ ਧੰਨਵਾਦ ਜੀ ਫਿਰ ਅਮਨਦੀਪ ਕੌਰ ਭੈਣ ਜੀ ਕਹਿੰਦੇ ਮਿਸ ਯੂ ਬਸੀਆਂ ਫਰੋਮ ਕੈਨੇਡਾ ਧੰਨਵਾਦ ਭੈਣ ਜੀ ਅਸਲ 'ਚ ਅਸੀਂ ਇਹ ਪ੍ਰੋਗਰਾਮ ਪਿੰਡਾਂ ਤੋਂ ਵਿਛੜੇ ਹੋਏ ਪਰਿਵਾਰਾਂ ਲਈ ਹੀ ਬਣਾਉਨੇ ਆ ਤੇ ਤੁਹਾਨੂੰ ਤੁਹਾਡਾ ਪਿੰਡ ਦੇਖ ਕੇ ਵਧੀਆ ਲੱਗਿਆ ਹੋਊਗਾ ਇਹਦੀ ਕਾਮਨਾ ਕਰਦੇ ਆਂ ਤੇ ਬੇਨਤੀ ਵੀ ਕਰਦੇ ਆਂ ਕਿ ਸਾਡੇ ਹਰ ਰੋਜ਼ ਪਿੰਡਾਂ ਦੇ ਪ੍ਰੋਗਰਾਮ ਦੇਖ ਕੇ ਪੰਜਾਬ ਨਾਲ ਜੁੜੇ ਰਹੋ ਜੀ ਧੰਨਵਾਦ ਜੀ ਫਿਰ ਸਾਨੂੰ ਅਮਰੀਕਾ ਤੋਂ ਤਲਵੰਡ ਪਿੰਡ ਵਾਲੇ ਗੀਤਕਾਰ ਜਸਵੀਰ ਸੋਤਾ ਜੀ ਕਹਿੰਦੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਰਣਜੋਤ ਦੇ ਗੀਤ ਵੀ ਸੁਣੀਦੇ ਆ ਆਕਾਸ਼ਦੀਪ ਪਲਾ ਮੇਰੀ ਤੂੰ ਇਹ ਦੀਵਾਲੀ ਵਾਲੇ ਗੀਤ ਵਾਲਾ ਜਾਂ ਕੋਈ ਹੋਰ ਕਿਉਂਕਿ ਆਕਾਸ਼ਦੀਪ ਅਮਰੀਕਾ 'ਚ ਵੀ ਰਹਿੰਦਾ ਜਿਸ ਨੇ ਦੀਵਾਲੀ ਵਾਲਾ ਗੀਤ ਗਾਇਆ ਸੀ ਧੰਨਵਾਦ ਵੀਰ ਜੀ ਜਿਉਂਦੇ ਰਹੋ ਜੀ ਤੁਹਾਡੇ ਸਵਾਲ ਦਾ ਜਵਾਬ ਵੀਰ ਮੈਂ ਤਾਂ ਨਹੀਂ ਦੇ ਸਕਿਆ ਕਿਉਂਕਿ ਅਸੀਂ ਪਿੰਡ 'ਚ ਕਈ ਬੰਦਿਆਂ ਨੂੰ ਫੋਨ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਹੁਣ ਕਿਉਂਕਿ ਪਿੰਡਾਂ 'ਚ ਵੋਟਾਂ ਚਲਦੀਆਂ ਕਰਕੇ ਲੋਕ ਬਹੁਤ ਬਿਜ਼ੀ ਆ ਤਾਂ ਕਰਕੇ ਸਾਨੂੰ ਇਹ ਪਤਾ ਨਹੀਂ ਲੱਗ ਸਕਿਆ ਪਰ ਅਸੀਂ ਅੱਜ ਦੇ ਪ੍ਰੋਗਰਾਮ 'ਚ ਬਸੀਆਂ ਪਿੰਡ ਦੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਆਂ ਕਿ ਜੇ ਤੁਹਾਨੂੰ ਇਹ ਜਾਣਕਾਰੀ ਹੋਵੇ ਤਾਂ ਤੁਸੀਂ ਸੋਹਤਾ ਸਾਹਿਬ ਨੂੰ ਕਮੈਂਟ ਕਰਕੇ ਇਹ ਜਾਣਕਾਰੀ ਜ਼ਰੂਰ ਦਿਓ ਧੰਨਵਾਦ ਜੀ ਫਿਰ ਸਾਨੂੰ ਗੁਰੂ ਗਰਜੀਤ ਜੀ ਕਹਿੰਦੇ ਪਿੰਡ 'ਚ ਰਾਜੂ ਬੱਸੀਆਂ ਗੀਤਕਾਰ ਜੀ ਵੱਲੋਂ ਲਗਾਤਾਰ 24 ਸਾਲਾਂ ਤੋਂ ਮਹਾਰਾਜਾ ਦਲੀਪ ਸਿੰਘ ਜੀ ਦੀ ਯਾਦ 'ਚ ਸੱਭਿਆਚਾਰਕ ਮੇਲਾ ਕਰਾਇਆ ਜਾਂਦਾ ਪਿਛਲੇ 12 ਸਾਲਾਂ ਤੋਂ ਗਰੀਬ ਧੀਆਂ ਦੇ ਵਿਆਹ ਕੀਤੇ ਜਾਂਦੇ ਆ ਇਸ ਵਾਰ 5 ਲੋੜਵੰਦ ਲੜਕੀਆਂ ਦੇ ਕੰਨਿਆਦਾਨ ਕੀਤੇ ਆ ਇਹਦਾ ਵੀ ਜ਼ਰੂਰ ਜ਼ਿਕਰ ਹੋਣਾ ਚਾਹੀਦਾ ਧੰਨਵਾਦ ਗੁਰਜੀਤ ਗੁਰੀਬਾਈ ਜੀ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਆ ਤੇ ਇਸ ਨੇਕ ਕੰਮ ਕਰਨ ਵਾਲੇ ਗੀਤਕਾਰ ਰਾਜੂ ਬੱਸੀਆਂ ਜੀ ਬਾਰੇ ਦੱਸ ਕੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਧੰਨਵਾਦ ਵੀਰ ਜੀ ਜਿਉਂਦੇ ਰਹੋ ਜੀ ਚਲੋ ਹੁਣ ਆਪਾਂ ਤੋਂ ਦੇ ਸਾਰੇ ਦੇ ਨਾਮ ਦੱਸ ਦਿੰਨੇ ਆ ਜਿੰਨਾਂ ਜਿੰਨਾਂ ਨੇ ਸਾਨੂੰ ਕਮੈਂਟ ਕੀਤੇ ਆ ਸਭ ਤੋਂ ਪਹਿਲਾਂ ਅਮਨਦੀਪ ਜੀ ਪਾਕਿਸਤਾਨ ਤੋਂ ਪੀਰ ਆਬਦ ਅਲੀ ਸ਼ਾਹ ਜੀ ਗੁਰਸ਼ਾਨ ਸੋਹੀ ਜੀ ਸੁਖਵਿੰਦਰ ਪਲਾਹਾ ਜੀ ਪਾਕਿਸਤਾਨ ਤੋਂ ਰਾਣਾ ਬਿਲਾਲ ਜੀ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਤਾਰਿਕ ਨੂਰਬੀਰ ਜੀ ਨੰਗਲ ਕਲਾਂ ਪਿੰਡ ਤੋਂ ਅਮਨਜੋਤ ਸਿੰਘ ਜੀ ਜਸ ਜੀ ਪਿੰਡ ਰਸੂਲਪੁਰ ਦੇ ਸਾਬਕਾ ਪੰਚਾਇਤ ਮੈਂਬਰ ਹਰਦੀਪ ਸਿੰਘ ਡਾਰੀ ਜੀ ਮਨਸੀਰਤ ਕੌਰ ਜੀ ਜੈਸਮੀਤ ਸਿੰਘ ਜੀ ਗੋਪੀ ਰਾਮੇ ਵਾਲੀਆ ਜੀ ਗੁਰਜੀਤ ਗੁਰੀ ਜੀ ਬਸਿਆ ਪਿੰਡ ਤੋਂ ਮਾਲਵਾ ਫਾਈਬਰ ਆਰਟ ਵਾਲੇ ਬਾਈ ਅਮਰਜੀਤ ਸਿੰਘ ਜੀ ਜਾਂਗਪੁਰ ਪਿੰਡ ਤੋਂ ਲਾਡੀ ਚਾਲ ਜੀ ਗਵਿੰਦਰ ਸਿੰਘ ਜੀ ਤਜਿੰਦਰ ਕੌਰ ਜੀ ਪੀਐਚਸੀ ਬਸੀਆਂ ਤੋਂ ਅਮਨਦੀਪ ਜੀ, ਗੋਰਾਹੂਰ ਪਿੰਡ ਤੋਂ ਗੁਰਮukh ਸਿੰਘ ਜੀ, ਜਸਵੀਰ ਸਿੰਘ ਬਸੀਆਂ ਜੀ, ਕੈਨੇਡਾ ਤੋਂ ਅਮਨਦੀਪ ਕੌਰ ਜੀ, ਨੰਗਲ ਕਲਾ ਪਿੰਡ ਤੋਂ ਗੀਤਕਾਰ ਜਸਵੀਰ ਜੱਸੀ ਨੰਗਲ ਜੀ, ਅਮਰੀਕਾ ਤੋਂ ਗੀਤਕਾਰ ਜਸਵੀਰ ਸੋਹਤਾ ਤਲਵੜੀਆਂ ਜੀ, ਹਰਮਨ ਕੌਰ ਜੀ, ਮਨੀਸ਼ ਐਮ ਜੀ, ਮਨਜੋਤ ਕੌਰ ਜੀ, ਗੁਰਸ਼ਾਨ ਸੋਹੀ ਜੀ, ਮਨਜਿੰਦਰ ਕਾਰੀ ਜੀ, ਇਫਤਖਾਰ ਲਾਲੀਗੱਲ ਜੀ, ਸ ਨੀ ਸਿਮਕ ਜੀ ਪਾਕਿਸਤਾਨ ਦੇ ਵਿਹਾੜੀ ਸ਼ਹਿਰ ਤੋਂ ਮੁਹੰਮਦ ਅਸलम ਵੀਰ ਜੀ ਜਿਨ੍ਹਾਂ ਦੀ ਖਾਨੇ ਵਾਲ ਚੌਂਕ ਚਕਾਰਾਂ ਦੀ ਰਿਪੇਅਰ ਦੀ ਦੁਕਾਨ ਆ ਗੀਤਕਾਰ ਬੱਲੀ ਬੱਸੀਆਂ ਜੀ ਬਾਬੇ ਸ਼ੀਦਾ ਬੱਸੀਆਂ ਹਰਵਿੰਦਰ ਉਪਲ ਜੀ ਪਰਮਿੰਦਰ ਸਿੰਘ ਜੀ ਗੁਰ ਅਮਨਦੀਪ ਕੌਰ ਜੀ ਕਰਨ ਬਸੀਆਂ ਜੀ 9811 ਵੀਡੀਓ ਰਿਕਾਰਡਰ ਵਾਲੇ ਹਰਪ੍ਰੀਤ ਗੱਲ ਜੀ ਬਸੀਆਂ ਪਿੰਡ ਤੋਂ ਗਰਲੀਨ ਸਿੱਧੂ ਜੀ ਨਿਰਪੱਖ ਜੀ ਤੇ ਬੋਚਕਰ ਪਿੰਡ ਤੋਂ ਏਐਸਆਈ ਜਗਦੇਵ ਸਿੰਘ ਸਿੱਧੂ ਜੀ ਅਸੀਂ ਤੁਹਾਡਾ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆਂ ਤੇ ਇਹੀ ਉਮੀਦ ਕਰਦੇ ਆਂ ਕਿ ਤੁਸੀਂ ਹਮੇਸ਼ਾ ਸਾਡਾ ਸਾਥ ਦਿੰਦੇ ਰਹੋਗੇ ਤੇ ਆਪਾਂ ਰਲ ਮਿਲ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਜਾਣਕਾਰੀਆਂ ਇਕੱਠੀਆਂ ਕਰੀ ਚੱਲਣੀ ਆਂ ਹੁਣ ਮੈਨੂੰ ਤੁਸੀਂ ਇੱਥੇ ਹੀ ਇਜਾਜ਼ਤ ਦਿਓ ਸੋਮਵਾਰ ਨੂੰ ਮਿਲਦੇ ਆਂ ਅੱਥਨੇ 4 ਵਜੇ ਲੋਹਣੀ ਪਿੰਡ ਦੇ ਤੀਜੇ ਭਾਗ ਚ ਉਦੋਂ ਤੱਕ ਸਾਰਿਆਂ ਨੂੰ ਸਸਰੀਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ ਹਾਫਿਜ਼ ਜਿਉਂਦੇ ਵੱਸਦੇ ਰਹੋ ਤੇ ਰੱਬ ਰੱਖਾ ਦੋਸਤੋ